ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਕਾਫੀ ਲੰਬੇ ਸਮੇਂ ਤੋਂ ੜੀਕ ਸੀ ਉਹ ਖਤਮ ਹੋ ਚੁੱਕੀ ਹੈ ਪੰਜਾਬ ਪੁਲਿਸ ਦੀ ਭਰਤੀ ਆ ਗਈ ਹੈ 1746 ਕਾਂਸਟੇਬਲ ਦੀ ਭਰਤੀ ਵਾਸਤੇ ਨੋਟੀਫਿਕੇਸ਼ਨ ਆ ਚੁੱਕਾ ਹੈ ਯੋਗਤਾ 10ਵੀਂ ਅਤੇ 12ਵੀਂ ਪਾਸ ਰਹੇਗੀ ਕਿਵੇਂ ਅਪਲਾਈ ਕਰਨਾ ਹੈ ਕੀ ਰਹੇਗੀ ਸੈਲਰੀ ਏਜ ਕ੍ਰਿਟੇਰੀਆ ਅਤੇ ਸਿਲੈਕਸ਼ਨ ਪ੍ਰੋਸੈਸ ਇਸ ਬਾਰੇ ਦੱਸਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਲਾਭ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬ ਜਿਨ੍ਹਾਂ ਵੀ ਸਾਥੀਆਂ ਨੇ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਹੈ ਉਹ ਸਮੇਂ ਸਿਰ ਅਪਲਾਈ ਕਰਕੇ ਆਪਣੇ ਕੰਮ ਤੇ ਲੱਗ ਜਾਣ ਤਾਂ ਉਹ ਲੈ ਚੱਲਦਾ ਹਾਂ ਡਿਟੇਲ ਨੋਟੀਫਿਕੇਸ਼ਨ ਵੱਲ ਤਾਂ ਦੋਸਤੋ ਜੋ ਭਰਤੀ ਹੈ 1746 ਪੋਸਟਾਂ ਵਾਸਤੇ ਇਹ ਪੋਸਟਾਂ ਜੋ ਕੱਢੀਆਂ ਗਈਆਂ ਨੇ ਪੰਜਾਬ ਪੁਲਿਸ ਰਿਕਰੂਟਮੈਂਟ ਫੋਰ ਦਾ ਪੋਸਟ ਆਫ ਪੁਲਿਸ ਕਨਸਟੇਬਲ ਇਨ ਡਿਸਟ੍ਰਿਕਟ ਅਤੇ ਆਰਮ ਕੇਟਰ ਪੰਜਾਬ ਪੁਲਿਸ 2024 ਨੇ ਦੱਸਦੇ ਆ ਕਿ ਇਹ ਜੋ ਭਰਤੀ ਹੈ ਇਹ ਕਿਤੇ ਵੀ ਪੰਜਾਬ ਦੇ ਵਿੱਚ ਇੰਡੀਆ ਵਿੱਚ ਜਾਂ ਅਬਰੌਡ ਵਿੱਚ ਤੁਹਾਨੂੰ ਡਿਊਟੀ ਲਈ ਜਾਣਾ ਪੈ ਸਕਦਾ ਹੈ ਇਸ ਤੋਂ ਇਲਾਵਾ ਇੱਕ ਕੈਡਰ ਤੋਂ ਦੂਸਰੇ ਕੈਡਰ ਦੇ ਵਿੱਚ ਜੋ ਟਰਾਂਸਫਰ ਹੈ ਉਹ ਅਲਾਉਡ ਨਹੀਂ ਹੈ ਤਾਂ ਪੋਸਟਾਂ ਦੇਖ ਲੈਂਦੇ ਹਾਂ ਟੈਂਟੇਟਿਵ ਜੋ ਵੈਕੈਂਸੀਸ ਨੇ ਕਨਸਟੇਬਲ ਡਿਸਟ੍ਰਿਕਟ ਅਤੇ ਆਰਮਡ ਕੈਡਰ ਪੰਜਾਬ ਦੇ ਵਿੱਚ ਤਾਂ ਇਸ ਵਿੱਚ ਟੋਟਲ ਪੋਸਟਾਂ 997 ਜਿਸ ਵਿੱਚੋਂ 317 ਪੋਸਟਾਂ ਜੋ ਔਮਨ ਕੈਂਡੀਡੇਟ ਲਈ ਰੱਖੀਆਂ ਨੇ ਤਾਂ ਦੋਸਤੋ ਇਸ ਦੀ ਜੋ कैटागरी वाइज वंड है स्क्रीन पर देख सकते हो जनरल दिया चार सौ दस पोस्टा ने शड्यूल कास्ट दिन सौ शड्यूल कास्ट रामदास याड दिया सौ इस अलावा बैकवर्ड क्लास दिव एक्स सर्विसमैन दिया स सत्तर एक्स सर्विसमैन शड्यूल कास्ट दियाँ बी पोस्टा ने इसतों अलावा एक्स सर्विस शड्यूल कास्ट आर एंड ओ दी एक्स सर्विसमैन बीसी दियाँ बी पोस्टा ने वार्ड ऑफ पुलिस परसोनल भी पोस्टा ने इकनोमिकली विकर सैक्शन दियाँ सौ पोस्टा ने वार्डस ऑफ फ्रीडम फाइटर दस पोस्टा ने इसत अलावा जो टोटल टेंटेटिव वेकेंसीज ऑफ कॉन्सटेबल इन आर्म्ड ਪੁਲਿਸ ਗ੍ਰੇਡਰ ਦੇ ਵਿੱਚ ਇਨਕਲੂਡਿੰਗ ਸਪੋਰਟਸਮੈਨ ਤੋਂ ਇਲਾਵਾ ਨੇ ਜੋ ਉਹ ਟੋਟਲ 770 ਪੋਸਟਾਂ ਨੇ ਜਿਸ ਵਿੱਚੋਂ 253 ਪੋਸਟਾਂ ਔਮਨ ਕੈਂਡੀਡੇਟ ਵਾਸਤੇ ਰੱਖੀਆਂ ਨੇ ਤਾਂ ਦੋਸਤੋ ਇਸ ਦੀ ਵੀ ਕੈਟਾਗਰੀ ਵਾਈਜ਼ ਵੰਡ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤਾਂ ਦੋਸਤੋ ਜੋ ਪੇ ਸਕੇਲ ਹੈ ਇਹਨਾਂ ਪੋਸਟਾਂ ਵਾਸਤੇ ਤੁਹਾਨੂੰ ਸਟਾਰਟਿੰਗ ਸੈਲਰੀ 19900 ਰੁਪਏ ਮਿਲੇਗੀ ਐਸੈਂਸ਼ੀਅਲ ਜੋ ਰਿਕੁਆਇਰਮੈਂਟ ਹੈ ਐਲੀਜੀਬਿਲਟੀ ਦੀ ਉਸ ਵਿੱਚ ਤੁਹਾਨੂੰ ਇੰਡੀਆ ਦੇ ਸਿਟੀਜ਼ਨ ਹੋਣਾ ਲਾਜ਼ਮੀ ਹੈ ਤੇ ਇਸ ਤੋਂ ਇਲਾਵਾ ਏਜ ਹੈ 18 ਸਾਲ ਤੋਂ 28 ਸਾਲ ਰਹੇਗੀ ਅਤੇ ਅਲੱਗ-ਅਲੱਗ ਕੈਟਾਗਰੀ ਵਾਈਜ਼ ਜੋ ਸ਼ੋਰਟ ਹੈ ਉਹ ਗਵਰਨਮੈਂਟ ਦੀਆਂ ਹਦਾਇਤਾਂ ਅਨੁਸਾਰ ਮਿਲਣ ਜੋਬ ਹੋਵੇਗੀ ਤਾਂ ਦੋਸਤੋ ਜੋ ਐਜੂਕੇਸ਼ਨਲ ਕੁਆਲੀਫਿਕੇਸ਼ਨ ਹੈ ਕਨਸਟੇਬਲ ਦੀ ਪੋਸਟ ਵਾਸਤੇ ਪਲੱਸ 2 ਪਾਸ ਹੋਣਾ ਲਾਜ਼ਮੀ ਹੈ ਜਾਂ ਇਸ ਦੀ ਪ੍ਰਾਪਰਤੀ ਯੋਗਤਾ ਅਤੇ ਜੇ ਤੁਸੀਂ ਐਕਸ ਸਰਵਿਸਮੈਨ ਕੈਂਡੀਡੇਟ ਹੋ ਤਾਂ ਮਿਨੀਮਮ ਕੁਆਲੀਫਿਕੇਸ਼ਨ ਤੁਹਾਨੂੰ 10ਵੀਂ ਪਾਸ ਚਾਹੀਦੀ ਹੈ ਮੰਡੇਟਰੀ ਕੁਆਲੀਫਿਕੇਸ਼ਨ ਇਸ ਤੋਂ ਇਲਾਵਾ ਤੁਹਾਨੂੰ 10ਵੀਂ ਵਿੱਚ ਪੰਜਾਬੀ ਪਾਸ ਹੋਣਾ ਲਾਜ਼ਮੀ ਹੈ ਇਹਨਾਂ ਪੋਸਟਾਂ ਨੂੰ ਫਿਲ ਕਰਨ ਲਈ ਤੁਹਾਨੂੰ ਪੰਜਾਬੀ ਪਾਸ ਹੋਣਾ ਲਾਜ਼ਮੀ ਹੈ ਤੇ ਦੋਸਤੋ ਇਸ ਤੋਂ ਇਲਾਵਾ ਜੋ ਵਾਰਡ ਆਫ ডিফেন্স ਸਰਵਿਸ ਪਰਸਨਲ ਨੇ ਤੇ ਜੋ ਕਿ ਬੋਨਫਾਈਡ ਨੇ ਪੰਜਾਬ ਦੇ ਤੇ ਅਪਾਇੰਟਮੈਂਟ ਉਹਨਾਂ ਦੀ ਇਸ ਜੋ ਪੁਲਿਸ ਕਾਡਰ ਦੇ ਵਿੱਚ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਜੋ ਐਗਜ਼ਾਮ ਪਾਸ ਕਰਨ ਦੇ ਲਈ 10ਵੀਂ ਦੇ ਪੱਧਰ ਤੱਕ ਜੋ ਬਾਅਦ ਦੇ ਵਿੱਚ ਵੀ ਮੌਕਾ ਦਿੱਤਾ ਜਾਵੇਗਾ ਜਿਸ ਲਈ ਜੋ 2 ਸਾਲ ਦਾ ਤੁਹਾਨੂੰ ਸਮਾਂ ਦਿੱਤਾ ਜਾਵੇਗਾ ਪੰਜਾਬੀ ਪਾਸ ਕਰਨੀ ਲਾਜ਼ਮੀ ਹੋਵੇਗੀ ਇਸ ਤੋਂ ਇਲਾਵਾ ਫਿਜ਼ੀਕਲ ਸਟੈਂਡਰਡ ਡਿਸਟ੍ਰਿਕਟ ਅਤੇ ਆਰਮ ਫੋਰਸ ਵਾਸਤੇ 5 ਫੁੱਟ 7 ਇੰਚ ਮੇਲ ਅਤੇ ਫੀਮੇਲ ਦੀ ਹਾਈਟ 5 ਫੁੱਟ 2 ਇੰਚ ਹੋਣੀ ਚਾਹੀਦੀ ਹੈ ਜਾਨਕਿ 157.5 ਸੈਂਟੀਮੀਟਰ ਤੇ ਸਿਲੈਕਸ਼ਨ ਪ੍ਰੋਸੈਸ ਜੋ ਰਹੇਗਾ ਇਸ ਵਿੱਚ ਸਟੇਜ 1 ਦੇ ਵਿੱਚ ਜੋ ਦੋ ਕਾਮਨ ਕੰਪਿਊਟਰ 베ਸਡ ਐਗਜ਼ਾਮ ਲੈ ਜਾਣਗੇ ਜੋ ਕਿ ਮਲਟੀਪਲ ਚੁਆਇਸ ਕੁਐਸਚਨ ਹੋਣਗੇ ਪੇਪਰ 1 ਅਤੇ ਪੇਪਰ 2 ਜਿਸ ਵਿੱਚੋਂ ਪੇਪਰ 2 ਜੋ ਹੋਵੇਗਾ ਕੁਆਲੀਫਾਈਇੰਗ ਨੇਚਰ ਦਾ ਹੋਵੇਗਾ ਸਟੇਜ 2 ਦੇ ਵਿੱਚ ਜੋ ਫਿਜ਼ੀਕਲ ਸਕਰੀਨਿੰਗ ਟੈਸਟ ਲਿਆ ਜਾਵੇਗਾ ਅਤੇ ਫਿਜ਼ੀਕਲ ਮੈਜ਼ਰਮੈਂਟ ਵੀ ਜੋ ਇਸ ਵਿੱਚ ਹੋਵੇਗੀ ਬੋਥ ਫਿਜ਼ੀਕਲ ਸਕਰੀਨਿੰਗ ਅਤੇ ਫਿਜ਼ੀਕਲ ਮੈਜ਼ਰਮੈਂਟ ਟੈਸਟ ਵੀ ਕੁਆਲੀਫਾਈਇੰਗ ਨੇਚਰ ਦਾ ਹੋਵੇਗਾ ਇਸ ਤੋਂ ਇਲਾਵਾ ਸਟੇਜ 3 ਜੋ ਹੋਵੇਗੀ ਉਸ ਵਿੱਚ ਤੁਹਾਡੇ ਡਾਕੂਮੈਂਟ ਚੈੱਕ ਕੀਤੇ ਜਾਣਗੇ ਯਾਨੀ ਕਿ ਡਾਕੂਮੈਂਟ ਸਕਰੂਟਨੀਂਗ ਦਾ ਪ੍ਰੋਸੈਸ ਹੋਵੇਗਾ ਤਾਂ ਦੋਸਤੋ ਜੋ ਸਟੇਜ 1 ਦਾ ਟੈਸਟ ਹੈ ਕੰਪਿਊਟਰ 베ਸ ਜਿਸ ਵਿੱਚ ਪੇਪਰ 2 ਆ ਤੇ ਪੇਪਰ 1 ਹੈ ਜੋ ਕਿ 100 ਕੁਐਸਚਨ ਹੋਣਗੇ ਤੇ 1 ਨੰਬਰ ਹਰੇਕ ਕੁਐਸਚਨ ਦਾ ਹੋਵੇਗਾ ਪੇਪਰ 2 ਦੇ ਵਿੱਚ ਵੀ ਇਸੇ ਤਰ੍ਹਾਂ 50 ਕੁਐਸਚਨ ਹੋਣਗੇ ਅਤੇ ਹਰੇਕ ਕੁਐਸਚਨ ਦਾ 1 ਮਾਰਕਸ ਹੋਵੇਗਾ ਤੇ ਇਸ ਤੋਂ ਇਲਾਵਾ ਜੋ ਪੇਪਰ 1 ਹੈ ਉਸ ਵਿੱਚ ਜਨਰਲ ਅਵੇਅਰਨਸ ਜੋ ਕਿ 2 ਘੰਟੇ ਦਾ ਹੋਵੇਗਾ ਕੁਆਂਟੀਟੇਟਿਵ ਐਪਟੀਟਿਊਡ ਅਤੇ ਨੰਮਰਿਕਲ ਸਕਿੱਲ ਮੈਂਟਲ ਵੈਲਟੀ ਅਤੇ ਲੌਜੀਕਲ ਰੀਜ਼ਨਿੰਗ ਇਸ ਤੋਂ ਇਲਾਵਾ ਇੰਗਲਿਸ਼ ਲੈਂਗੁਏਜ ਸਕਿੱਲ ਪੰਜਾਬੀ ਲੈਂਗੁਏਜ ਸਕਿੱਲ ਅਤੇ ਡਿਜੀਟਲ ਲਿਟਰੇਸੀ ਅਤੇ ਅਵੇਅਰਨਸ ਦਾ ਜਿਸ ਵਿੱਚ ਕੰਪਿਊਟਰ ਦੇ ਨਾਲ ਰਿਲੇਟਡ ਕੁਐਸਚਨ ਆਉਣਗੇ ਅਤੇ ਪੇਪਰ 2 ਜੋ ਹੋਵੇਗਾ 1 ਘ 50 ਮਾਰਕਸ ਹੋਣਗੇ ਮੈਂਡੇਟਰੀ ਹੈ ਇਸ ਨੂੰ ਕੁਆਲੀਫਾਈ ਕਰਨਾ ਪੰਜਾਬੀ ਲੈਂਗੁਏਜ ਵਿੱਚ ਪੇਪਰ ਹੋਵੇਗਾ ਅਤੇ ਪੇਪਰ ਆਫ ਪੰਜਾਬੀ ਲੈਂਗੁਏਜ ਜੋ ਕਿ 10ਵੀਂ ਦੇ ਪੱਧਰ ਦੀ ਹੋਵੇਗੀ ਉਹ ਪਾਸ ਕਰਨਾ ਲਾਜ਼ਮੀ ਹੈ ਨੈਗੇਟਿਵ ਮਾਰਕਿੰਗ ਇੱਥੇ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ ਇਸ ਤੋਂ ਇਲਾਵਾ ਮੈਰਿਟ ਬਣਾਈ ਜਾਵੇਗੀ ਜਿਸ ਵਿੱਚ ਮਿਨੀਮਮ ਜੋ ਕੁਆਲੀਫਾਈਂਗ ਮਾਰਕਸ ਨੇ ਜਿਸ ਵਿੱਚ ਸ਼ੈਡਿਊਲ ਕਾਸਟ ਬੈਕਵਰਡ ਕਲਾਸ ਇਕਨੋਮਿਕਲੀ ਵੀਕਰ ਸੈਕਸ਼ਨ ਵਾਸਤੇ 35% ਅਤੇ ਹੋਰ ਕੈਟਾਗਰੀ ਵਾਈਜ਼ ਜੋ ਮਾਰਕਸ ਨੇ 40% ਮਾਰਕਸ ਪਾਸ ਹੋਣ ਲਈ ਲੈਣੇ ਲਾਜ਼ਮੀ ਨੇ ਤਾਂ ਦੋਸਤੋ ਇਸ ਤੋਂ ਇਲਾਵਾ ਆਨਸਰ ਕੀ ਅਤੇ ਆਬਜੈਕਸ਼ਨ ਵੀ ਮੰਗੇ ਜਾਣਗੇ ਜੋ ਕਿ ਤੁਹਾਨੂੰ 48 ਘੰਟੇ ਦਿੱਤੇ ਜਾਣਗੇ ਆਬਜੈਕਸ਼ਨ ਰੇਜ਼ ਕਰਨ ਵਾਸਤੇ ਜਿਸ ਵਾਸਤੇ ਇੱਕ ਨੋਮੀਨਲ ਫੀਸ ਜੋ ਕਿ 50 ਰੁਪਏ ਹੋਵੇਗੀ ਪਰ ਆਬਜੈਕਸ਼ਨ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਤਾਂ ਦੋਸਤੋ ਤੁਸੀਂ ਜਿਨ੍ਹਾਂ ਨੇ ਵੀ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਹੈ ਤਾਂ ਉਹ ਅਪਲਾਈ ਕਰ ਸਕਦੇ ਹਨ ਇਹਨਾਂ ਪੋਸਟਾਂ ਵਾਸਤੇ ਜੋ ਓਪਨਿੰਗ ਡੇਟ ਹੈ 14 ਮਾਰਚ 2024 ਰਹੇਗੀ ਕਲੋਜ਼ਿੰਗ ਡੇਟ 4 ਅਪ੍ਰੈਲ 2024 ਹੋਵੇਗੀ ਅਤੇ ਇਸ ਤੋਂ ਇਲਾਵਾ ਹੈਲਪਲਾਈਨ ਜੋ ਨੰਬਰ ਹੈ 02261306 246 ਤੇ ਤੁਸੀਂ ਕੋਈ ਵੀ ਜੋ ਤੁਹਾਡਾ ਸਵਾਲ ਹੈ ਤਾਂ ਉਹ ਇਸ ਹੈਲਪ ਟੈਸਟ ਤੇ ਤੁਹਾਡੀ ਪ੍ਰੋਬਲਮ ਨੂੰ ਸੋਲਵ ਕਰਨ ਲਈ ਨੰਬਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਤੁਸੀਂ ਜੋ ਵੈਬਸਾਈਟ ਹੈ ਜਿਸ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਵੀ ਦੇ ਦਵਾਂਗਾ ਤਾਂ ਤੁਸੀਂ ਇਸ ਤੇ ਅਪਲਾਈ ਕਰ ਸਕਦੇ ਹੋ www.iur.ls /ਪੰਜਾਬ ਪੁਲਿਸ ਰਿਕਰੂਟਮੈਂਟ 2024 ਤਾਂ ਦੋਸਤੋ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਹੋਵੇਗੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਅਗਨ ਟੂ 올 ਮਾਈ ਵੀਅਰਸ